अपने जनू दा मान हां गैरत दी लाज हां, अपने जनू दा मान हां गैरत दी लाज हां, कहदा कदीन हां ना मैं कहदा मुखाज हां, सरवर अजल करूं हां मुंह दादा हम सबक, मंगता हां शाह नजफ दा सिकंदर मिजाज हां। मौजूद हाजरी, सब तो पहले तो मैं ਖੁਦਾ ਬਿਰਾਦਰੀ ਦਾ ਜਿਹੜਾ ਖੁਦਾ ਬਖਸ਼ ਖੁਦਾ ਬਖਸ਼ ਖੁਦਾ ਦੇ ਸਾਰੀ ਬਿਰਾਦਰੀ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨ ਕਿ ਨਹੀਂ ਘਟਦਾ ਬੰਦੋਬਸਤ ਕੀਤੇ ਸਾਡੇ ਨਾਲ ਸ਼ਾਮਿਲ ਹੈ ਤੇ ਸਾਰੇ ਕਾਫਲੇ ਦੇ ਕੋਈ ਗਾਇਕ ਇਹਨਾਂ ਨੂੰ ਆਪਣੇ ਗਰੁੱਪ ਵਿੱਚ ਖੁਸ਼ ਆਮਦੇ ਦਾਦੇ ਹੈ ਔਰ ਇਹਨਾਂ ਕੋ ਯਕੀਨ ਵੀ ਵੇਂਦੇ ਹੈ ਇੱਕ ਦਿਨ ਇਨਸ਼ਾਅੱਲਾ ਇਹਨਾਂ ਨੂੰ ਕਰੇ ਇਹਨਾਂ ਦਾ ਜ਼ਮੀਰ ਮਨਾਮਤ ਨਾ ਕਰੇ ਸੀ ਕਿ ਗਲਤ ਜਾਤ ਹੈ ਔਰ ਦੂਜਾ ਇਹ ਕਿ ਇਨਸ਼ਾਅੱਲਾ ਤਾਲਾ ਇਹ ਗਰੁੱਪ ਵਿੱਚ ਇਹਨਾਂ ਦੀ ਇੱਜ਼ਤ ਇਹਤਰਾਮ ਵੀ ਹੋ ਸੀ ਔਰ ਇਹਨਾਂ ਦੇ ਕੰਮ ਵੀ ਹੋ ਸਕ ਹਾਲਾਤ ਅਸਾਂ ਡਿੱਠੀ ਕਰੀ ਹੈ ਵੀ ਕਿਹੜੀ ਕਿਹੜੀ ਸ਼ਾਇਦ ਦੀ ਤਾਂ ਲੋੜ ਹੈ ਤੇ ਇਹਨਾਂ ਨਾਲ ਵਾਅਦਾ ਹੈ ਇਨਸ਼ਾਅੱਲਾ ਤਾਲਾ ਅੱਲਾਹ ਤਾਲਾ ਸਾਨੂੰ ਮੌਕਾ ਦੇਵੇ ਔਰ ਅੱਲਾਹ ਤਾਲਾ ਦੀ ਜ਼ਾਤ ਤੇ ਭਰੋਸਾ ਹੈ ਕਿਉਂਕਿ ਹਾਲਾਤ ਕਾਫੀ ਅੱਛੇ ਬਾਕੀ ਫੈਸਲੇ ਤਾਂ ਆਪ ਦੀ ਜ਼ਾਤ ਦੇ ਹੋਣਗੇ ਤੇ ਅੱਲਾਹ ਤਾਲਾ ਸਾਨੂੰ ਕਾਮਯਾਬੀ ਦੇਵੇ ਅਸਾਰਾ ਤਾਂ ਕੰਮ ਹੀ ਇਹਨਾਂ ਇਲਾਕਿਆਂ ਦੀ ਤਰੱਕੀ ਕਰਾਉਣਾ ਹੈ ਔਰ ਇੱਥਾਂ ਡਿਵੈਲਪਮੈਂਟ ਆਉਣੇ ਕਿਉਂਕਿ ਸਾਡਾ ਮੁਖਾਲਿਫ ਗਰੁੱਪ ਨੇ ਕਾਫੀ ਅਰਸਾ ਇਹ ਇਲਾਕੇ ਤੇ ਰਾਜ ਕੀਤੇ ਮੈਨੂੰ ਯਾਦ ਹੈ ਕਿ ਤਾਂ ਵੋਟ ਮੰਗਾਣੀ ਨਾ ਸੀ ਆਉਂਦੇ ਤੇ ਇੱਥੋਂ ਸਾਡਾ ਵੋਟ ਨਿਕਲਦਾ ਹੀ ਨਾ ਆਮ ਤੌਰ ਤੇ ਉਹ ਘੱਟ ਵੋਟ ਆ ਉਹ ਚੰਗ ਸੰਗਤੀ ਹੈ ਜਿਹੜੇ ਸਾਡੇ ਨਾਲ ਹੈ ਲੇਕਿਨ ਅੱਲਾਹ ਦੀ ਮਿਹਰਬਾਨੀ ਹੈ ਕਿ ਇੱਥੋਂ ਦੇ ਬਾਸ਼ੌਰ ਲੋਕ ਐਸਤਾ ਐਸਤਾ ਉਹਨਾਂ ਨੂੰ ਸਮਝ ਲੱਗਦੀ ਰਹਿੰਦੀ ਹੈ ਕਿ ਇਹਨਾਂ ਇਲਾਕਿਆਂ ਦਾ ਔਰ ਆਵਾਮ ਦਾ ਖੈਰ ਖਾ ਕਿਹੜਾ ਗਰੁੱਪ ਹੈ ਤੇ ਇਹਨਾਂ ਨੂੰ ਸਿਰਫ ਇਹਨਾਂ ਤੇ ਹੁਕਮਰਾਨੀ ਕਰਨ ਵਾਸਤੇ ਕਿਹੜਾ ਗਰੁੱਪ ਮੌਜੂਦ ਹੈ ਸਾਰੀ ਸਿਆਸਤ ਜਿਹੜੀ ਉਹਦਾ ਮਕਸਦ ਸਿਰਫ ਔਰ ਸਿਰਫ ਦੂਸਰਾ ਦੋਸਤਾਂ ਦੀ ਲੋਕਾਂ ਦੀ ਖਿਦਮਤ ਔਰ ਇਲਾਕੇ ਦੀ ਤਰੱਕੀ ਨਾ ਸਾ ਇੰਤਕਾਮੀ ਪੱਤੇ ਕਦੇ ਹੀ ਕਰਵਾਏ ਨਾ ਇੰਤਕਾਮੀ ਤਬਾਦਲੇ ਕਰਵਾਏ ਇਹ ਵਜ੍ਹਾ ਹੈ ਕਿ ਲੋਕ ਸਾਰੀ ਸਿਆਸਤ ਤੋਂ ਮੁਤਾਸਰ ਹੈ ਸ਼ਰਾਫਤ ਦੀ ਸਿਆਸਤ ਕੀਤੀ ਲੇਕਿਨ ਸ਼ਰਾਫਤ ਜ਼ਰੂਰ ਹੈ ਕਮਜ਼ੋਰੀ ਨਹੀਂ ਜਿੱਥਾ ਅਸੀਂ ਸਾਰੀ ਸ਼ਰਾਫਤ ਦੀ ਸਿਆਸਤ ਨਹੀਂ ਉੱਥਾ ਆਪ ਇਸ ਦੋਸਤਾਂ ਦਾ ਤਹਫੁਜ਼ ਵੀ ਕੀਤੇ ਸੀ ਔਰ ਮੁਖਾਲਿਫ ਦੀ ਅੱਖੀ ਅੱਖ ਪਾ ਕੇ ਸਿਰਫ ਠਾਣ ਲੈ ਗਾਲ ਕਰ ਸਕਦੇ ਵੀ ਆ ਕਹਿਣ ਦੀ ਜ਼ਰੂਰਤ ਹੋ ਜੀ ਔਰ ਅਗਰ ਅਸਾਂ ਦੋਸਤਾਂ ਦਾ ਤਹਫੁਜ਼ ਨਾ ਕਰ ਸਕੂਆ 2000 ਰੂ ਸਾਡੇ ਕਾਫਲੇ ਦੇ ਲੋਕ ਮੁਸਲਸਲ ਵੱਧਦੇ ਨਾ ਮੈਂ ਜੋਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਇਹ ਅੱਧੀ ਰਾਤ ਕੋਈ ਨਾ ਆਵਾਜ਼ ਮਾਰੂ ਤੇ ਜਵਾਬ ਦੇਣਾ ਔਰ ਦੋਸਤਾਂ ਦੇ ਹਰ ਦੁੱਖ ਸੁੱਖੀ ਦੇ ਹਰ ਵਾਦੇ ਘਾਟੇ ਦੇ ਨਾਲ ਖੜ ਜਾ ਸਾਡਾ ਅਹਿਸਾਨ ਵੀ ਕੋਈ